ਸਾਡੇ ਪੰਜਾਬ 'ਚ ਪਿਛਲੇ ਕੁਝ ਸਾਲਾਂ ਤੋਂ ਲੱਗੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਿਆਂ ਦੀ ਤੇ ਕਿਸਾਨ ਖੁਦਕੁਸ਼ੀ ਦੀ ਇਹ ਅੱਗ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਕਸੂਰ ਸਰਕਾਰ ਦਾ ਕਹੋ ਜਾਂ ਆਪਣਾ, ਭੁਗਤ ਸਾਡਾ ਪੰਜਾਬ ਹੀ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਅੱਗ ਹੁਣ ਇੰਨੀ ਕੁ ਫੈਲ ਚੁੱਕੀ ਹੈ ਕਿ ਇਸ ਨੂੰ ਬੁਝਾਉਣ ਦੇ ਲਈ ਸ਼ਾਇਦ ਵਰ੍ਹੇ ਲੱਗ ਸਕਦੇ ਨੇ। ਇਹ ਉਹ ਘਾਟਾ ਹੈ ਜਿਸ ਨੂੰ ਅਸੀਂ ਪੂਰਾ ਤਾਂ ਕਰ ਨਹੀਂ ਸਕਦੇ, ਪਰ ਹਾਂ, ਜੋ ਬਚਿਆ ਹੈ ਉਸ ਨੂੰ ਸੁਧਾਰ ਜ਼ਰੂਰ ਸਕਦੇ ਹਾਂ। ਹੋਣ ਵਾਲੇ 2017 ਵਿੱਚ ਪੰਜਾਬ ਦੇ ਇਲੈਕਸ਼ਨ ਸਾਡੇ ਲਈ ਰੋਸ਼ਨੀ ਦੀ ਕਿਰਨ ਹੈ, ਜਿੱਥੇ ਅਸੀਂ ਆਪਣੇ ਪੰਜਾਬ ਨੂੰ ਫਿਰ ਹੱਸਦਾ ਵਸਦਾ ਦੇਖ ਸਕਦੇ ਹਾਂ। ਪਰ ਗੱਲ ਫਿਰ ਤੁਹਾਡੇ 'ਤੇ ਆ ਖੜਦੀ ਹੈ ਕਿ ਤੁਸੀਂ ਕਿੰਨੀ ਆਪਣੀ ਸੂਝ ਬੂਝ ਦੇ ਨਾਲ ਇਸ ਵਾਰ ਸਹੀ ਸਰਕਾਰ ਲਿਆਉਂਦੇ ਹੋ ਅਤੇ ਵੱਖ ਵੱਖ ਹਲਕਿਆਂ 'ਚੋਂ ਸਹੀ MLA ਨੂੰ ਚੁਣਦੇ ਹੋ। ਪੰਜਾਬੀ ਖੁਰਕੀ.com ਨੇ ਤੁਹਾਡੇ ਸਾਹਮਣੇ ਵੱਖ ਵੱਖ ਹਲਕਿਆਂ ਦੇ MLA ਦੀ ਕਾਰਿਆਕਾਲ ਦੀ ਛਵੀ ਪੇਸ਼ ਕੀਤੀ ਤੇ ਤੁਹਾਨੂੰ ਮੌਕਾ ਵੀ ਦਿੱਤਾ ਕਿ ਤੁਸੀਂ ਆਪਣੀ ਰਾਏ, ਆਪਣੇ ਸਵਾਲ ਇਹਨਾਂ ਤੋਂ ਪੁੱਛ ਸਕੋ ਜੋ ਸ਼ਾਇਦ ਹੁਣ ਤੱਕ ਅਣਸੁਣੇ ਕਰ ਦਿੱਤੇ ਗਏ। ਖੁਸ਼ੀ ਇਸ ਗੱਲ ਦੀ ਹੈ ਕਿ ਤੁਹਾਡਾ ਸਾਥ ਜੋ ਪੰਜਾਬੀ ਖੁਰਕੀ ਨੂੰ ਇੰਨਾ ਭਰਪੂਰ ਮਿਲਿਆ, ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਹੈ। ਕਈਆਂ ਨੇ ਰੱਜ ਕੇ ਹਾਮੀ ਭਰੀ ਤੇ ਕਿਸੇ ਨੇ ਮਦਾਰੀ ਦਾ ਖੇਡ ਦੱਸਿਆ, ਕਿਸੇ ਨੇ ਸਾਡੇ ਇਸ ਯਤਨ ਦੀ ਕਦਰ ਪਾਈ ਤੇ ਕਿਸੇ ਨੇ ਆਲੋਚਨਾ ਵੀ ਕੀਤੀ। ਸਹੀ ਹੈ ਜਾਂ ਗਲਤ, ਗੱਲ ਜੋ ਵੀ ਹੈ, ਪਰ ਫੈਕਟ ਇਹ ਹੈ ਕਿ ਅਸੀਂ ਸਾਰੇ ਆਪਣੇ ਪੰਜਾਬ ਦੇ ਲਈ ਫਿਕਰਮੰਦ ਹਾਂ। ਪੰਜਾਬੀ ਖੁਰਕੀ.com ਨੂੰ ਲੈ ਕੇ ਕਈਆਂ ਦੇ ਦਿਮਾਗ ਦੇ ਵਿੱਚ ਇਹ ਸ਼ੰਕਾ ਹੈ ਕਿ ਅਸੀਂ ਪੱਖਪਾਤੀ ਕਾਰੋਬਾਰ ਕਰ ਰਹੇ ਹਾਂ। ਨਿਮਰਤਾ ਪੂਰਵਕ ਅਸੀਂ ਸੱਚ ਨੂੰ ਸਾਹਮਣੇ ਲੈ ਕੇ ਆ ਰਹੇ ਹਾਂ। ਜੇ ਅਸੀਂ ਵੱਖ ਵੱਖ MLAs ਦੇ ਹੁਣ ਤੱਕ ਦੇ ਕੰਮ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਤਾਂ ਇਸ ਦੇ ਪਿੱਛੇ ਬਸ ਮਕਸਦ ਪ੍ਰਗਤੀਸ਼ੀਲ ਪੰਜਾਬ ਬਣਾਉਣਾ ਹੀ ਹੈ ਤੇ ਤੁਹਾਨੂੰ ਚਾਨਣਾ ਦੇਣਾ ਹੈ ਕਿ ਆਉਣ ਵਾਲੇ 2017 ਦੀ ਚੋਣਾਂ ਵਿੱਚ ਤੁਸੀਂ ਸਹੀ ਨਿਰਣੇ ਲੈ ਸਕੋ। ਜੇ ਤੁਸੀਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਲੈ ਕੇ ਗੰਭੀਰ ਹੋ ਤੇ ਆਪਣਾ ਕੋਈ ਵੀ ਸੁਝਾਅ ਸਾਨੂੰ ਦੇਣਾ ਚਾਹੁੰਦੇ ਹੋ ਤਾਂ ਸਾਨੂੰ ਮੇਲ ਕਰੋ punjabikhurki@gmail.com ਤੇ, ਕਿਉਂਕਿ ਮਤ ਆਖਿਰਕਾਰ ਤੁਸੀਂ ਦੇਣਾ ਹੈ। ਤੁਹਾਡਾ ਪੰਜਾਬ ਤੁਹਾਡੇ ਹੱਥ ਵਿੱਚ ਹੈ, ਇਸ ਦੀ ਰੱਖਿਆ ਤੇ ਸੰਭਾਲ ਤੁਸੀਂ ਆਪ ਕਰਨੀ ਹੈ। ਆਪਣੀ ਜ਼ਿੰਮੇਵਾਰੀ ਨੂੰ ਸਮਝੋ, ਕਿਉਂਕਿ 2017 ਵਿੱਚ ਤੁਹਾਡੇ ਹੀ ਵੋਟਾਂ ਨੇ ਪੰਜਾਬ ਦੇ ਭਵਿੱਖ ਦਾ ਫੈਸਲਾ ਕਰਨਾ ਹੈ।